ਪਰਮ ਸਤਿਕਾਰਯੋਗ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਸ ਦੇ ਨਾਲ ਦੀ ਨਾਲ ਹੀ ਇੱਕ ਵੁਡਰੋਜ਼ ਅਟੈਕ ਹੋਇਆ, ਜਿਸ ਦੇ ਵਿੱਚ ਸਾਰੇ ਪੰਜਾਬ ਵਿੱਚ ਬਲਕਿ ਸਾਰੇ ਹਿੰਦੁਸਤਾਨ ਵਿੱਚ ਵੱਸਦੇ ਸਿੱਖਾਂ ਦੇ ਉੱਤੇ ਅਟੈਕ ਸੀ। ਉਸ ਤੋਂ ਬਾਅਦ ਨਵੰਬਰ 1984 ਦੇ ਵਿੱਚ ਕਤਲੋ ਗਾਰਤ ਸ਼ੁਰੂ ਹੋ ਗਈ ਐਲਾਨੀਆ ਤੌਰ ਤੇ। ਇਹਦੇ ਕੀ ਕਾਰਨ, ਇਹ ਕਿਉਂ ਹੋਇਆ, ਇਸ ਦਾ ਕੌਣ ਕਸੂਰਵਾਰ ਸੀ, ਕੌਣ ਜ਼ਿੰਮੇਵਾਰ ਸੀ, ਕੌਣ ਜ਼ਿੰਮੇਵਾਰ ਸੀ, ਇਹ ਗੱਲ ਬਹੁਤ ਗੰਭੀਰ ਹੈ, ਗੱਲ ਬਹੁਤ ਸੀਰੀਅਸ ਹੈ, ਇਹ ਲਾਈਟ ਗੱਲ ਨਹੀਂ ਹੈ। ਬਹੁਤ ਬੜੇ ਸਾਈਕੈਟ੍ਰਿਸਟ ਨੇ ਕਿਹਾ, ਮੈਂ ਸਾਰੀ ਜ਼ਿੰਦਗੀ ਪੜ੍ਹਾਉਂਦਾ ਰਿਹਾ, ਕਿ ਕਿਸੇ ਆਦਮੀ ਦੀ ਜਿਹੜੀ ਸੁਣਨ ਸ਼ਕਤੀ ਆ ਉਹ ਕੰਟੀਨਿਊਸਲੀ 17 ਮਿੰਟ ਹੁੰਦੀ ਹੈ। ਮੇਰਾ ਖਿਆਲ ਹੈ ਡਾਕਟਰ ਸਾਹਿਬ ਬਹੁਤ ਵਧੀਆ ਬੋਲ ਕੇ ਗਏ, ਡਾਕਟਰ ਦਲਵੀਰ ਸਾਹਿਬ, ਉਸ ਤੋਂ ਬਾਅਦ ਸਰਦਾਰ ਗੁਰਪ੍ਰੀਤ ਸਿੰਘ ਉਹਨਾਂ ਨੇ ਬੜੀ ਸੋਹਣੀ ਕਵਿਤਾ ਸੁਣਾਈ ਹੈ, ਅਤੇ 17 ਮਿੰਟ ਤਾਂ ਹੋ ਗਏ। ਮੇਰੀ ਗੱਲ ਬੜੀ ਸੀਰੀਅਸ ਹੈ, ਬੜੀ ਧਿਆਨ ਨਾਲ ਇਹਨੂੰ ਪਕੜ ਪਾਓਗੇ ਤਾਂ ਗੱਲ ਸਮਝ 'ਚ ਆ ਜਾਏਗੀ, ਨਹੀਂ ਸਮਝ ਨਹੀਂ ਆਉਣੀ। ਸਾਡਾ ਵਾਸਤਾ 1947 ਤੋਂ ਬਾਅਦ ਕਿਹਨਾਂ ਦੇ ਨਾਲ ਪਿਆ? ਹਮੇਸ਼ਾ ਜੋ ਵੀ ਜਿਸ ਕਿਸਮ ਦਾ ਵਾਸਤਾ ਜਿਸ ਇਨਸਾਨ ਦਾ ਦੂਸਰੇ ਇਨਸਾਨ ਨਾਲ ਪੈਂਦਾ, ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੇ ਬੇਸਮਝੀ ਨਾਲ ਉਸ ਨਾਲ ਵਾਸਤਾ ਪਾ ਲਈਏ ਤਾਂ ਤਕਲੀਫ ਹੁੰਦੀ ਹੈ, ਦੁੱਖ ਹੁੰਦਾ, ਪਰੇਸ਼ਾਨੀਆਂ ਹੁੰਦੀਆਂ, ਹੋਰ ਬੜੀਆਂ ਮੁਸੀਬਤਾਂ ਪੈਂਦੀਆਂ। ਸਿੱਖਾਂ ਨੇ ਭਗਤ ਸੂਚੀ ਦੇ ਨਾਲ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸਿੱਖ ਲੀਡਰਾਂ ਨੇ 1947 ਤੋਂ ਪਹਿਲਾਂ ਕਿ ਸਾਡੇ ਨਾਲ ਕੀ ਹੋਣ ਵਾਲਾ। ਸਿੱਖਾਂ ਨੇ ਮੁਸਲਮਾਨਾਂ ਦੀ ਦੁਸ਼ਮਣੀ ਦੇਖੀ ਸੀ, ਸਿੱਖਾਂ ਨੇ ਅੰਗਰੇਜ਼ਾਂ ਦੀ ਦੁਸ਼ਮਣੀ ਦੇਖੀ ਸੀ, ਸਿੱਖਾਂ ਦਾ ਪਾਲਾ ਆ ਜਿਹੜੀ ਹੁਣ ਹਿੰਦੁਸਤਾਨ 'ਚ ਕਾਬਜ਼ ਕੌਮ ਹੈ, ਇਸ ਦੇ ਨਾਲ ਕਦੇ ਬਤੌਰ ਮਾਸਟਰ ਨਹੀਂ ਸੀ, ਬਤੌਰ ਰੂਲਰ ਨਹੀਂ ਸੀ, ਬਤੌਰ ਹਾਕਮ ਨਹੀਂ ਸੀ। ਇਸ ਗੱਲ ਦੇ ਉੱਤੇ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ। ਇੱਕ ਸਰ ਕੰਡਲ ਮੋਨ ਸੀ, ਉਹ ICS ਆਫਿਸਰ ਹੁੰਦੇ ਸੀ, ਜਿਹੜੇ ਇਤਿਹਾਸ ਪੜ੍ਹਦੇ ਆ ਉਹਨਾਂ ਨੂੰ ਜ਼ਰੂਰ ਉਹਨਾਂ ਬਾਰੇ ਪਤਾ ਹੋਵੇ। ਉਸ ਦਾ ਵੀ ਮੈਂ ਵੇਰਵਾ ਆਪਣੀ ਕਿਤਾਬ ਵਿੱਚ ਦਿੱਤਾ ਹੈ, ਇੰਡੀਆ ਪੁਲਿਸ ਸੁਸਾਈਡ ਦੇ ਵਿੱਚ ਉਹਦੀ ਡਿਟੇਲ ਲਿਖੀ ਹੋਈ ਹੈ। ਉਹ ਸਿੱਖਾਂ ਦੇ ਬਹੁਤ ਹਮਦਰਦ ਆਦਮੀ ਸੀ, ਔਰ ਉਹ ਸਿੱਖਾਂ ਨੂੰ ਸਮਰਪਿਤ ਸੀ, ਉਸਨੇ ਸ਼ਾਦੀ ਵੀ ਨਹੀਂ ਸੀ ਵਿਚਾਰੇ ਨੇ ਕਰਾਈ ਹੋਈ। 1946 ਦੇ ਵਿੱਚ ਉਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸੀ, ਸਰ ਕੰਡਲ ਮੂਨ। ਉਹਨਾਂ ਨੂੰ ਸਾਰਾ ਕੁਛ ਪਤਾ ਸੀ, ਉਹ ਸਾਰੀ ਗੱਲ ਸਮਝਦੇ ਸੀ ਵੀ ਕੀ ਹੋਣ ਵਾਲਾ ਹੈ। ਉਹਨਾਂ ਨੇ ਅੰਮ੍ਰਿਤਸਰ ਦੇ ਜਿਹੜੇ ਵੱਡੇ ਇੰਪੋਰਟੈਂਟ ਅਕਾਲੀ ਲੀਡਰ ਸੀ ਉਹਨਾਂ ਨੂੰ ਬੁਲਾ ਲਿਆ, ਆਪਣੇ ਦਫ਼ਤਰ ਦੇ ਵਿੱਚ ਮੈਸੇਜਿਸ ਦਿੱਤੇ ਨੇ ਉਹਨਾਂ ਨੂੰ ਬੁਲਾ ਕੇ ਲਿਆ। ਉਹ ਦਫ਼ਤਰ ਦੇ ਵਿੱਚ ਆ ਗਏ ਅਤੇ ਉਹ ਆਪਣੀ ਕੁਰਸੀ ਦੇ ਉੱਤੇ ਬੈਠੇ ਸੀ। ਮੈਂ ਬਰੀਫਲੀ ਤੁਹਾਨੂੰ, ਕਹਾਣੀ ਬੜੀ ਲੰਬੀ ਆ, ਬਹੁਤ ਚੀਜ਼ਾਂ ਮੈਂ ਦੱਸਣੀਆਂ ਚਾਹੁੰਦਾ ਤੁਹਾਨੂੰ, ਜਿਹੜੀ ਜਿਹਦੇ ਨਾਲ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਆ ਕਿ ਕਸੂਰਵਾਰ ਕੌਣ। ਤਾਂ ਉਸ ਨੇ ਸਵਾਲ ਕੀਤਾ ਉਹਨਾਂ ਜਥੇਦਾਰਾਂ ਨੂੰ, ਬਹੁਤ ਅਹਿਮ ਗੱਲ ਹੈ, ਕਿਉਂਕਿ ਦੀ ਕਹਾਣੀ ਬੜੀ ਸੱਚਾਈ ਛਿੱਟੀ ਹੋਈ। ਉਸ ਨੇ ਸਵਾਲ ਕੀਤਾ ਕਿ ਜਥੇਦਾਰ ਸਹਿਬਾਨ, ਤੁਹਾਨੂੰ ਪਤਾ ਹੈ ਕੀ ਹੋਣ ਵਾਲਾ ਹੈ? ਉਹਨਾਂ ਨੇ ਜਵਾਬ ਦਿੱਤਾ ਕਿ ਸਰ, ਸਾਨੂੰ ਪਤਾ ਹੈ ਡਿਪਟੀ ਸਾਹਿਬ ਕਿ ਹਿੰਦੁਸਤਾਨ ਆਜ਼ਾਦ ਹੋਣ ਵਾਲਾ ਹੈ, ਅਸੀਂ ਆਜ਼ਾਦ ਹੋ ਜਾਵਾਂਗੇ। ਉਸਨੇ ਫਿਰ ਉਸਦਾ ਕਾਊਂਟਰ ਕੁਐਸਚਨ ਕੀਤਾ ਕਿ ਆਜ਼ਾਦੀ ਤੋਂ ਬਾਅਦ ਤੁਹਾਨੂੰ ਪਤਾ ਕੀ ਹੋਏਗਾ ਤੁਹਾਡੇ ਨਾਲ? ਉਹ ਚੁੱਪ ਚੁੱਪ ਗੁੰਮ, ਉਸਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਤਾਂ ਉਸਨੇ ਕਿਹਾ ਕਿ ਅੰਗਰੇਜ਼ ਬਾਹਰ ਜਾ ਰਿਹਾ, ਆਪਣੇ ਦੇਸ਼ ਵਾਪਸ ਜਾ ਰਿਹਾ ਹੈ, ਔਰ ਇਸ ਦੇਸ਼ ਦੀ ਵਾਗ ਡੋਰ ਉਧਰਲੇ ਪਾਸੇ ਮੁਸਲਮਾਨਾਂ ਨੂੰ ਦੇ ਕੇ ਜਾ ਰਿਹਾ, ਇੱਧਰਲੇ ਪਾਸੇ ਹਿੰਦੂਆਂ ਨੂੰ ਦੇ ਕੇ ਜਾ ਰਿਹਾ। ਤੁਸੀਂ ਇਸ ਦੇਸ਼ ਦੀ ਆਜ਼ਾਦੀ ਲਈ
75% ਕੁਰਬਾਨੀਆਂ ਕੀਤੀਆਂ, ਚਾਹੇ ਜੇਲ੍ਹਾਂ 'ਚ ਗਏ, ਚਾਹੇ ਜਲਾਵਤਨ ਹੋਏ, ਚਾਹੇ ਫਾਂਸੀ ਦੇ ਉੱਤੇ ਲਟਕਾਏ ਗਏ। ਤੁਹਾਡੇ ਨਾਲ ਕੀ ਹੋਣ ਵਾਲਾ ਹੈ? ਉਹ ਤੁਹਾਡੇ ਮਾਸਟਰ ਹੋਣਗੇ, ਤੁਸੀਂ ਉਹਨਾਂ ਦੇ ਸਬਜੈਕਟ ਹੋਵੋਗੇ, ਸਲੇਵ ਹੋਵੋਗੇ। ਹਿੰਦੂ ਤੁਹਾਡਾ ਆਟਾ ਹੋਏਗਾ, ਮਾਲਕ ਹੋਏਗਾ, ਔਰ ਤੁਸੀਂ ਉਸਦੇ ਗੁਲਾਮ ਹੋ। ਉਹ ਜਥੇਦਾਰ ਵਿਚਾਰੇ ਅਨਪੋਲ, ਕਿਸੇ ਗੱਲ ਦੀ ਸਮਝੇ ਨਹੀਂ, ਕਿਸੇ ਗੱਲ ਨੂੰ ਵਿਚਾਰਿਆ ਨਹੀਂ, ਕਿਸੇ ਗੱਲ ਨੂੰ ਸਮਝਿਆ ਨਹੀਂ। ਉਹ ਆਪਣੀਆਂ ਕਿਰਪਾਨਾਂ ਦੇ ਹੱਥਾਂ ਨੂੰ ਹੱਥ ਪਾ ਕੇ ਸਟਰਬੋਰਡਸ ਨੂੰ ਕਹਿਣ ਲੱਗੇ ਕਿ ਅਸੀਂ ਤਲਵਾਰਾਂ ਖਿੱਚਣਾ। ਉਸਨੇ ਜਵਾਬ ਦਿੱਤਾ ਕਿ ਜਦੋਂ ਤੁਸੀਂ ਹੱਥੇ ਦੇ ਉੱਤੇ ਹੱਥ ਰੱਖੋਗੇ, 3x3 ਦੀ ਗੋਲੀ ਤੁਹਾਡੀ ਛਾਤੀ 'ਚ ਵੱਜੇਗੀ ਅਤੇ ਤੁਸੀਂ ਟਹਿਲਦੇ ਰਹੋਗੇ ਅਤੇ ਤੁਹਾਨੂੰ ਪਾਣੀ ਪਿਲਾਉਣ ਵਾਲਾ ਕੋਈ ਮਿਲਣਾ ਨਹੀਂ। ਇਹ ਸਰ ਪੈਂਡਲ ਮੋਨ ਦੀ ਕਿਤਾਬ ਦੇ ਵਿੱਚ ਲਿਖਿਆ, ਜਿਹੜਾ ICS ਆਫਿਸਰ ਸੀ, ਔਰ ਬਾਅਦ ਦੇ ਵਿੱਚ ਉਸਨੇ ਇੱਕ ਮੈਮੋਰੀਜ਼ ਲਿਖਿਆ, ਇੱਕ ਵਾਇਸ ਆਫ ਇੰਡੀਆ ਦੇ, ਜਿਹੜੇ ਬੜੇ ਮਸ਼ਹੂਰ ਆ। ਖੈਰ ਉਹਦੀ ਡਿਟੇਲ 'ਚ ਮੈਨੂੰ ਜਾਣ ਦੀ ਲੋੜ ਨਹੀਂ। ਪ੍ਰੀ ਪਾਰਟੀਸ਼ਨ ਬੇਸ ਦੇ ਵਿੱਚ ਸਭ ਤੋਂ ਜਿਹੜੀ ਛਾਤਰ ਪਾਰਟੀ ਸੀ ਉਹ ਇੰਡੀਅਨ ਨੈਸ਼ਨਲ ਕਾਂਗਰਸ। ਉਸ ਇੰਡੀਅਨ ਨੈਸ਼ਨਲ ਕਾਂਗਰਸ ਨੇ ਸ਼ਰੇ ਆਮ ਐਲਾਨੀਆ ਤੌਰ ਦੇ ਉੱਤੇ ਵਾਰ ਵਾਰ ਇਹ ਬਿਆਨ ਕੀਤਾ ਕਿ ਜਿਸ ਵਕਤ ਹਿੰਦੁਸਤਾਨ ਆਜ਼ਾਦ ਹੋਏਗਾ ਤਾਂ ਆਜ਼ਾਦੀ ਤੋਂ ਬਾਅਦ ਅਸੀਂ ਸਾਰੇ ਹਿੰਦੁਸਤਾਨ ਨੂੰ ਜ਼ਬਾਨ ਦੇ ਆਧਾਰ ਦੇ ਉੱਤੇ ਸਟੇਟਾਂ ਵਿੱਚ ਵੰਡ ਦੇਵਾਂਗੇ। ਬੜਾ ਅੱਛਾ ਐਲਾਨ ਸੀ। ਤਾਂ ਉਸ ਤੋਂ ਬਾਅਦ ਕੀ ਹੋਇਆ? ਜਦੋਂ ਆਜ਼ਾਦ ਹੋਏ ਦੋ ਗੱਲਾਂ ਹੋਈਆਂ ਬੜੀਆਂ ਅਹਿਮ, ਸਿੱਖਾਂ ਨੂੰ ਪਤਾ ਨਾ, ਸਾਡੇ ਸਿੱਖ ਲੀਡਰਾਂ ਨੂੰ ਬਿਲਕੁਲ ਨਹੀਂ ਪਤਾ ਇਹਨਾਂ ਗੱਲਾਂ ਦਾ। ਪਹਿਲਾ ਐਕਸ਼ਨ ਕੀਤਾ ਗਿਆ ਪੰਡਿਤ ਜਵਾਹਰ ਲਾਲ ਨਹਿਰੂ ਦੇ ਹੱਥਾਂ ਨਾਲ, ਉਹਦੀ ਕਲਮ ਦੇ ਨਾਲ, ਕਿ ਹਿੰਦੁਸਤਾਨ ਦੀ ਜਿਹੜੀ ਜ਼ਬਾਨ ਸੀ ਉਹ ਮਤਲਬ ਹਿੰਦੀ ਬਣਾ, ਹਿੰਦੁਸਤਾਨ ਦਾ ਲੈਂਗੁਆ ਫ੍ਰੈਂਕਾ ਕੋਈ ਪਾਰਲੀਮੈਂਟ ਤੋਂ ਸੈਂਕਸ਼ਨ ਨਹੀਂ ਲਈ ਗਈ, ਕਿਸੇ ਅਸੈਂਬਲੀ 'ਚ ਨਹੀਂ ਇਹ ਮਸਲਾ ਲਿਜਾਇਆ ਗਿਆ। ਉਹਨਾਂ ਨੇ ਹਿੰਦੁਸਤਾਨ ਦੀ ਜ਼ਬਾਨ ਹਿੰਦੀ ਬਣਾ। ਹਿੰਦੁਸਤਾਨ ਦੀ ਆਜ਼ਾਦੀ ਤੋਂ ਪਹਿਲਾਂ ਇੱਕ ਪਾਸੇ ਇੰਡੀਅਨ ਨੈਸ਼ਨਲ ਕਾਂਗਰਸ ਸੀ, ਇੱਕ ਪਾਸੇ ਹਿੰਦੂ ਮਹਾਂਸਭਾ ਸੀ। ਜਿਹੜੀ ਹਿੰਦੂ ਮਹਾਂਸਭਾ ਸੀ ਉਹ ਤਿੰਨ ਸਲੋਗਨ ਦਿੰਦੀ ਸੀ, ਤਿੰਨ ਗੱਲਾਂ ਕਰਦੀ ਸੀ। ਕੀ ਕਹਿੰਦੀ ਸੀ? ਹਿੰਦੂ ਹਿੰਦੀ ਹਿੰਦੁਸਤਾਨ, ਹਿੰਦੂ ਹਿੰਦੀ ਹਿੰਦੁਸਤਾਨ। ਆਜ਼ਾਦੀ ਤੋਂ ਬਾਅਦ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਸਰਦਾਰ ਪਟੇਲ, ਹੋਰ ਸਾਰੇ ਬੜੇ ਵੱਡੇ ਵੱਡੇ ਲੀਡਰ ਕਾਂਗਰਸ ਦੇ, ਇਹ ਕਿਹਾ ਕਰਦੇ ਸੀ ਕਿ ਆਜ਼ਾਦੀ ਤੋਂ ਬਾਅਦ ਅਸੀਂ ਇੱਕ ਲੈਂਗੁਆ ਫ੍ਰੈਂਕਾ ਬਣਾਵਾਂਗੇ, ਜਿਹੜੀਆਂ ਹਿੰਦੁਸਤਾਨ ਦੀਆਂ 14 ਜ਼ਬਾਨਾਂ, ਉਹਨਾਂ ਦੇ ਵਿੱਚੋਂ ਇੰਡੀਅਨ, ਉਹਨਾਂ ਦੇ ਵਿੱਚੋਂ ਫਰੇਜ਼ਿਸ, ਉਹਨਾਂ ਤੋਂ ਲਫ਼ਜ਼ ਲੈ ਕੇ ਇੱਕ ਕੌਮੀ ਸਾਂਝੀ ਜ਼ਬਾਨ ਹੋਏਗੀ, ਔਰ ਉਹ ਕੋਈ ਹਿੰਦੀ ਉਹਨਾਂ ਦੇ ਉੱਤੇ ਥੋਪ ਹੀ ਨਹੀਂ ਜਾਏਗਾ। ਪਹਿਲਾ ਐਕਸ਼ਨ ਪੰਡਿਤ ਜਵਾਹਰ ਲਾਲ ਨਹਿਰੂ ਦਾ ਸੀ ਕਿ ਹਿੰਦੁਸਤਾਨ ਦੇ ਉੱਤੇ ਹਿੰਦੀ ਠੋਕਣੀ। ਬਹੁਤ ਵੱਡੀ ਗੱਲ ਹੈ, ਕਿਸੇ ਲੋਕਾਂ ਦਾ ਪਰਿਵਰਤਨ ਲਿਆਉਣਾ, ਕਿਸੇ ਲੋਕਾਂ ਦੀ ਸਾਈਕੀ ਚੇਂਜ ਕਰਨੀ, ਕਿਸੇ ਲੋਕਾਂ ਦਾ ਆਊਟਲੁੱਕ ਚੇਂਜ ਕਰਨਾ, ਉਹਨਾਂ ਦੀ ਜ਼ਬਾਨ ਤੇ ਲਿਪੀ ਨੂੰ ਬਦਲ ਦਿਓ, ਕਹਾਣੀ ਖਤਮ ਕਰੋ। ਤਾਂ ਉਹ ਹੌਲੀ ਹੌਲੀ ਉਹਨਾਂ ਦਾ ਪਰਿਵਰਤਨ ਹੋ ਜਾਂਦਾ, ਧਰਮ ਤੋਂ ਵੀ ਦੂਸਰੇ ਧਰਮ ਦੇ ਵਿੱਚ। ਤਾਂ ਦੂਸਰੀ ਗੱਲ ਕੀ ਸੀ? ਕਿ ਹਿੰਦੁਸਤਾਨ ਦੇ ਵਿੱਚ ਅਸੀਂ ਜ਼ਬਾਨ ਦੇ ਆਧਾਰ ਦੇ ਉੱਤੇ ਸੂਬੇ ਬਣਾਵਾਂਗੇ। ਸਿੰਪਲ ਸਿੰਪਲ ਗੱਲ ਹੈ, ਵੀ ਸਮਝਦੇ ਤੁਰੇ ਜਾਓ। ਮੈਂ ਇਸੇ ਤਰ੍ਹਾਂ ਹੌਲੀ ਹੌਲੀ ਤੁਹਾਨੂੰ ਸਮਝਾਉਂਦਾ ਤੁਰਿਆ ਜਾਊਂਗਾ। ਮੈਂ ਸਾਰੀ ਯੂਨੀਵਰਸਿਟੀ, ਸਾਰੀ ਜ਼ਿੰਦਗੀ ਪ੍ਰੋਫੈਸਰ ਹੈ। ਤਾਂ ਉਹਨਾਂ ਨੇ ਆਜ਼ਾਦੀ ਤੋਂ ਬਾਅਦ ਸਾਰੇ ਹਿੰਦੁਸਤਾਨ ਦੇ ਵਿੱਚ ਲੈਂਗੁਏਜ ਦੇ ਬੇਸਿਸ ਦੇ ਉੱਤੇ ਸਟੇਟਸ ਬਣਾ, ਤਾਮਿਲਨਾਡੂ ਬਣਾਤੀ ਤਾਮਿਲ ਦੇ ਉੱਤੇ, ਕਰਨਾਟਕਾ ਬਣਾ ਦਿੱਤੀ, ਗੁਜਰਾਤ ਬਣਾ ਦਿੱਤੀ, ਮਹਾਰਾਸ਼ਟਰ ਬਣਾ ਦਿੱਤੀ, ਯੂਪੀ ਬਣਾ ਦਿੱਤੀ, ਬਿਹਾਰ, ਸਭ ਬਣਾ ਦਿੱਤੀ, ਬੰਗਾਲ ਬਣਾ ਦਿੱਤੀ।